ਪੂਰੇ ਕੈਨੇਡਾ ਦੇ ਮੋਟਰਸਾਈਕਲ ਕਲੱਬਾਂ ਦੀ ਸਹਾਇਤਾ ਦੇ ਨਾਲ ਓਨਟਾਰੀਓ ਦੇ ਸਿੱਖ ਮੋਟਰਸਾਈਕਲ ਕਲੱਬ ਨੇ ਡਾਇਬਟੀਜ਼ ਕੈਨੇਡਾ ਦੇ ਲਾਭ ਦੇ ਲਈ ਦੂਜੀ ਸਾਲਾਨਾ ਰਾਈਡ ਦਾ ਆਯੋਜਨ ਕੀਤਾ। ਇਸ ਰਾਈਡ ਦੌਰਾਨ ਸਿੱਖ ਮੋਟਰਸਾਈਕਲ ਕਲੱਬ ਵੱਲੋਂ $15,000 ਇਕੱਤਰ ਕੀਤੇ ਗਏ। ਪੇਸ਼ ਹੈ ਖਾਸ ਰਿਪੋਰਟ। ਪੂਰੇ ਕੈਨੇਡਾ ਵਿੱਚ ਮੋਟਰਸਾਈਕਲ ਕਲੱਬਾਂ ਦੀ ਸਹਾਇਤਾ ਦੇ ਨਾਲ ਓਨਟਾਰੀਓ ਦੇ ਸਿੱਖ ਮੋਟਰਸਾਈਕਲ ਕਲੱਬ ਨੇ ਡਾਇਬਟੀਜ਼ ਕੈਨੇਡਾ ਦੇ ਲਾਭ ਦੇ ਲਈ ਦੂਜੀ ਸਾਲਾਨਾ ਰਾਈਡ ਦਾ ਆਯੋਜਨ ਕੀਤਾ। ਇਕੱਤਰ ਕੀਤੇ ਸਾਰੇ ਫੰਡ ਡਾਇਬਟੀਜ਼ ਕੈਨੇਡਾ ਨੂੰ ਦਿੱਤੇ ਜਾਣਗੇ। ਇਸ ਦੌਰਾਨ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਰਾਈਡ ਅਗੇਂਸਟ ਡਾਇਬਟੀਜ਼ ਰਾਹੀਂ ਡਾਇਬਟੀਜ਼ ਕੈਨੇਡਾ ਦੇ ਲਈ $15,000 ਇਕੱਤਰ ਕੀਤੇ ਗਏ। ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇਹ ਰਾਈਡ ਓਨਟਾਰੀਓ ਖਾਲਸਾ ਦਰਬਾਰ ਤੋਂ ਸ਼ੁਰੂ ਕੀਤੀ ਗਈ, ਫਿਰ ਡਨਵੀਰ ਮਿਸੀਸਾਗਾ ਗੁਰਦੁਆਰਾ ਸਾਹਿਬ ਵਿਖੇ ਗਏ, ਉਸ ਤੋਂ ਬਾਅਦ ਸਿੱਖ ਸਪਿਰਚੁਅਲ ਸੈਂਟਰ ਵਿਖੇ ਪਹੁੰਚੇ। ਇਸ ਤੋਂ ਬਾਅਦ ਓਨਟਾਰੀਓ ਖਾਲਸਾ ਦਰਬਾਰ ਵਿਖੇ ਇਸ ਰਾਈਡ ਨੂੰ ਸਮਾਪਤ ਕੀਤਾ ਗਿਆ। ਇਸ ਰਾਈਡ ਵਿੱਚ 40 ਦੇ ਕਰੀਬ ਮੋਟਰਸਾਈਕਲ ਸਵਾਰਾਂ ਨੇ ਹਿੱਸਾ ਲਿਆ ਅਤੇ ਹਰ ਮੈਂਬਰ ਨੇ ਆਪਣੇ ਵੱਲੋਂ $200 ਪਾ ਕੇ $15,000 ਇਕੱਤਰ ਕੀਤੇ। ਮਿਸੀਸਾਗਾ ਸਿੱਖ ਸਪਿਰਚੁਅਲ ਸੈਂਟਰ ਅਤੇ ਡਿਕਸੀ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੱਲੋਂ ਰਾਈਡ ਦੇ ਗੁਰੂ ਘਰਾਂ ਵਿੱਚ ਪਹੁੰਚਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਸਵਾਗਤ ਦੇ ਲਈ ਸਿੱਖ ਮੋਟਰਸਾਈਕਲ ਕਲੱਬ ਨੇ ਕਮੇਟੀਆਂ ਦਾ ਧੰਨਵਾਦ ਵੀ ਕੀਤਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ 26 ਮਈ ਸੰਡੇ ਨੂੰ ਅਸੀਂ ਓਨਟਾਰੀਓ ਖਾਲਸਾ ਦਰਬਾਰ ਦੀ ਧਰਤੀ ਤੋਂ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਜੋ ਅੱਜ ਦੀ ਰਾਈਡ ਹੈ ਸੈਕਿੰਡ ਐਨੂਅਲ ਡਾਇਬਟੀਜ਼ ਕੈਨੇਡਾ ਵਾਸਤੇ ਜੋ ਰਾਈਡ ਅਗੇਂਸਟ ਡਾਇਬਟੀਜ਼ ਕੀਤੀ ਜਾ ਰਹੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਡਾਇਬਟੀਜ਼ ਇੱਕ ਬਹੁਤ ਹੀ ਕੋਟ ਭਰੀ ਬਿਮਾਰੀ ਜੋ ਸਮਾਜ ਨੂੰ ਲੱਗ ਚੁੱਕੀ ਹੈ। ਅਸੀਂ ਪਿਛਲੇ ਸਾਲ ਇੱਕ ਦਿਨ ਦੇ 'ਚ ਰਾਈਡ ਕਰਕੇ $35,000 ਰੇਜ਼ ਕਰਕੇ ਡਾਇਬਟੀਜ਼ ਕੈਨੇਡਾ ਨੂੰ 100% ਜੋ ਫੰਡ ਰੇਜ਼ ਹੁੰਦਾ ਹੈ ਉਹ ਡਾਇਬਟੀਜ਼ ਕੈਨੇਡਾ ਨੂੰ ਜਾਂਦਾ ਹੈ ਜਾਂ ਚੈਰਿਟੀ ਔਰਗਨਾਈਜੇਸ਼ਨ ਨੂੰ ਜਾਂਦਾ ਹੈ। ਜਿਵੇਂ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਕੈਨੇਡੀਅਨ ਕੈਂਸਰ ਸੁਸਾਇਟੀ ਵਾਸਤੇ ਕ੍ਰੋਸ ਕੈਨੇਡਾ ਰਾਈਡ ਕਰਕੇ 1.25 ਲੱਖ ਦੇ ਕਰੀਬ ਕੈਨੇਡੀਅਨ ਕੈਂਸਰ ਸੁਸਾਇਟੀ ਨੂੰ ਡੋਨੇਟ ਕੀਤਾ। ਫਿਰ ਅਸੀਂ ਰਾਈਡ ਅਗੇਂਸਟ ਡਰੱਗਸ ਕੀਤੀ, ਬ੍ਰੈਸਟ ਕੈਂਸਰ ਅਵੇਅਰਨੈਸ ਰਾਈਡ ਕੀਤੀ, ਡਾਇਬਟੀਜ਼ ਕੈਨੇਡਾ ਦੀ ਹੁਣ ਅਸੀਂ ਦੂਜੀ ਵਾਰੀ ਰਾਈਡ ਕਰਨ ਜਾ ਰਹੇ ਹਾਂ। ਸੋ ਅੱਜ ਓਨਟਾਰੀਓ ਦੀ ਧਰਤੀ 'ਤੇ ਭਾਰੀ ਉਤਸ਼ਾਹ ਜੋ ਪਾਇਆ ਜਾ ਰਿਹਾ ਸਮੁੱਚੇ ਸਾਰੇ ਰਾਈਡਰਸ ਦੇ ਵਿੱਚ। ਅੱਜ ਟਰਬਨ ਵੀਰਿੰਗ ਰਾਈਡਰਸ ਜਿਨ੍ਹਾਂ ਦੇ ਅਨਸ਼ੋਰਨ ਹੇਅਰ ਹਨ, ਹੁਣ ਓਨਟਾਰੀਓ ਦੇ ਵਿੱਚ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਐਲਬਰਟਾ ਤੋਂ ਬਾਅਦ ਹੁਣ ਓਨਟਾਰੀਓ 'ਚ ਵੀ ਇਹ ਕਾਨੂੰਨ ਹੈ। ਸੋ ਅੱਜ ਅਨਸ਼ੋਰਨ ਹੇਅਰ ਵਾਲੇ ਜੋ ਦਸਤਾਰਧਾਰੀ ਸਿੱਖ ਨੇ ਉਹ ਵੀ ਰਾਈਡ ਕਰ ਰਹੇ ਹਨ ਅਤੇ ਨਾਲ ਹੈਲਮਟ ਵੀਰਿੰਗ ਰਾਈਡਰਸ ਵੀ ਰਾਈਡ ਕਰ ਰਹੇ ਹਨ। ਸੋ ਅੱਜ ਦਾ ਦਿਨ ਬਹੁਤ ਵੱਡਾ ਹੈ। ਜੇ ਤੁਸੀਂ ਡੋਨੇਟ ਕਰਨਾ ਚਾਹੋ ਤੁਸੀਂ rideforcause.ca ਤੇ ਜਾ ਕੇ ਡੋਨੇਟ ਵੀ ਕਰ ਸਕਦੇ ਹੋ ਔਰ ਜੋ ਅੱਜ ਦਾ 100% ਜੋ ਫੰਡ ਇਕੱਤਰ ਕੀਤਾ ਜਾਏਗਾ ਉਹ ਡਾਇਬਟੀਜ਼ ਕੈਨੇਡਾ ਨੂੰ ਡੋਨੇਟ ਕੀਤਾ ਜਾਏਗਾ। ਤੁਹਾਡੇ ਸਾਰਿਆਂ ਦਾ ਧੰਨਵਾਦ ਹੁਣ ਤੱਕ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ ਲਿਖੇ ਗਏ ਪ੍ਰੋਗਰਾਮਾਂ ਦੇ ਵਿੱਚ ਸਾਥ ਦੇਣ ਦੇ ਲਈ ਔਰ ਅਸੀਂ ਆਸ ਕਰਦੇ ਹਾਂ ਇਸੇ ਤਰ੍ਹਾਂ ਜੋ ਗੁਰੂ ਦਾ ਸਿਧਾਂਤ ਹੈ, ਜੋ ਇਨਸਾਨੀਅਤ ਦੀ ਸੇਵਾ ਹੈ, ਉਹ ਅਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਕਰਦੇ ਰਹਾਂਗੇ। ਅੱਜ ਤੁਹਾਡੇ ਟੀਵੀ ਪ੍ਰੋਗਰਾਮ ਦੇ ਜ਼ਰੀਏ ਅਸੀਂ ਸੰਗਤਾਂ ਦੇ ਨਾਲ ਇਹ ਗੱਲ ਸਾਂਝੀ ਕਰਨ ਜਾ ਰਹੇ ਹਾਂ ਕਿ 2018 ਦੇ ਵਿੱਚ ਹੈਲਮਟ ਐਗਜੈਂਪਸ਼ਨ ਹੋਈ ਸੀ। ਸਿੱਖ ਰਾਈਡਰ ਜਿਹੜੇ ਆ, ਸਿੱਖ ਮੋਟਰਸਾਈਕਲਿਸਟ ਜਿਹੜੇ ਆ, ਓਨਟਾਰੀਓ ਦੀਆਂ ਸੜਕਾਂ 'ਤੇ ਦਸਤਾਰ ਪਹਿਨ ਕੇ ਮੋਟਰਸਾਈਕਲ ਚਲਾ ਸਕਣ ਦੇ ਸਮਰੱਥ ਹੋ ਚੁੱਕੇ ਨੇ। ਇਹ ਛੜਾ ਸੰਘਰਸ਼ ਲਗਾਤਾਰ ਸਿੱਖ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਤੋਂ 10 ਸਾਲਾਂ ਤੱਕ ਲੜਿਆ ਗਿਆ ਜੀ। ਹੁਣ ਜਿਹੜਾ ਇਹ ਪਹਿਲਾ ਸਮਾਂ ਹੈਗਾ, ਪਹਿਲੀ ਗਰਮੀ ਆ ਜਦੋਂ ਮੋਟਰਸਾਈਕਲਿਸਟ ਜਿਹੜੇ ਆ ਉਹ ਰਾਈਡਾਂ ਕਰ ਰਹੇ ਨੇ ਦਸਤਾਰਾਂ ਬੰਨ ਕੇ। ਅਸੀਂ ਇਲੈਕਸ਼ਨ ਤੋਂ ਪਹਿਲਾਂ ਆਪਣਾ ਪ੍ਰੈਸ਼ਰ ਬਿਲਡ ਕਰਨ ਲਈ ਅਤੇ ਸੰਗਤਾਂ ਨੂੰ ਹੈਲਮਟ ਐਗਜੈਂਪਸ਼ਨ ਬਾਰੇ ਜਾਣਕਾਰੀ ਦੇਣ ਲਈ May 26, 2018 ਨੂੰ ਰਾਈਡ ਰੱਖੀ ਸੀ, ਰਾਈਡ ਅਗੇਂਸਟ ਡਾਇਬਟੀਜ਼। ਅਤੇ ਉਸੇ ਦਿਨ ਹੀ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ 2019 ਦੇ ਵਿੱਚ ਫਿਰ ਇਹ ਰਾਈਡ ਕੀਤੀ ਜਾਊਗੀ। ਸੋ ਉਸੇ ਪ੍ਰੋਗਰਾਮ ਦੇ ਉੱਤੇ ਚੱਲਦਿਆਂ ਹੋਇਆਂ ਅਸੀਂ ਅੱਜ ਇਹ ਰਾਈਡ ਕਰਨ ਜਾ ਰਹੇ ਹੈਗੇ ਹਾਂ। 2018 ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਤਕਰੀਬਨ $35,000 ਇਕੱਠਾ ਕੀਤਾ ਗਿਆ ਸੀ। ਇਸ ਸਾਲ ਫਿਰ ਸੰਗਤਾਂ ਜਿਹੜੀਆਂ ਨੇ ਵੱਧ ਚੜ੍ਹ ਕੇ ਇਹਦੇ ਵਿੱਚ ਯੋਗਦਾਨ ਪਾ ਰਹੀਆਂ ਨੇ ਅਤੇ 1-2 ਦਿਨਾਂ ਦੇ ਵਿੱਚ ਹਿਸਾਬ ਕਿਤਾਬ ਕਰਕੇ ਸਾਰੇ ਦਾ ਸਾਰਾ ਪੈਸਾ ਕਿੰਨਾ ਇਕੱਤਰ ਹੋਇਆ ਉਹ ਸੰਗਤਾਂ ਦੇ ਨਾਲ ਸਾਂਝ ਪਾਈ ਜਾਊਗੀ। ਪਰ ਇਹ ਨਾਲ ਦੀ ਨਾਲ ਅਸੀਂ ਇੱਕ ਗੱਲ ਜ਼ਰੂਰ ਦੱਸ ਦੇਣਾ ਚਾਹੁੰਦੇ ਹਾਂ, ਜਿੰਨੇ ਵੀ ਪੈਸੇ ਇਕੱਤਰ ਹੋ ਰਹੇ ਨੇ ਉਹ ਸਾਰੇ ਦੇ ਸਾਰੇ ਡਾਇਬਟੀਜ਼ ਕੈਨੇਡਾ ਨੂੰ ਸਿੱਧੇ ਜਾ ਰਹੇ ਨੇ। ਅਸੀਂ ਤਾਂ ਸਿਰਫ ਇੱਕ ਹੋਕਾ ਦੇਣ ਦਾ ਇੱਕ ਜ਼ਰੀਏ ਬਣੇ ਹੋਏ ਹੈਗੇ ਹਾਂ। ਸੋ ਅਸੀਂ ਹੁਣ ਇੱਥੋਂ ਰਾਈਡ ਕਰਕੇ ਡਨਵਿਨ ਡਰਾਈਵ ਗੁਰਦੁਆਰਾ ਸਾਹਿਬ ਜਾਵਾਂਗੇ, ਉਸ ਤੋਂ ਬਾਅਦ ਰੈਕਸਡੇਲ ਗੁਰਦੁਆਰਾ ਸਾਹਿਬ ਜਾਵਾਂਗੇ ਅਤੇ ਤਕਰੀਬਨ 1:30 ਦੇ ਕਰੀਬ ਇਹ ਰਾਈਡ ਜਿਹੜੀ ਆ ਡੈਕਸੀ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋ ਜੂਗੀ। ਜਿਹੜੇ ਵੀ ਭੈਣ ਭਰਾਵਾਂ ਨੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਦਿੱਤਾ ਤਾਂ ਅਤੀ ਧੰਨਵਾਦ। ਇਹਦੇ ਨਾਲ ਨਾਲ ਅਸੀਂ ਡੈਕਸੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਐਬਸੋਲੂਟਲੀ ਹੈ, ਸਿੱਖ ਮੋਟਰਸਾਈਕਲ ਕਲੱਬ ਨੇ ਇੱਕ ਇਵੈਂਟ ਔਰਗਨਾਈਜ਼ ਕੀਤਾ ਹੈ ਡਾਇਬਟੀਜ਼ ਵਾਸਤੇ, ਮਤਲਬ ਕਿ ਡਾਇਬਟੀਜ਼ ਨੂੰ ਆਪਾਂ ਕਿੱਦਾਂ ਟੈਕਲ ਕਰ ਸਕਦੇ ਹਾਂ, ਅਤੇ ਚੈਰਿਟੀ ਇਵੈਂਟ ਜਿੱਥੇ ਇਹਨਾਂ ਨੇ ਹੁਣ ਰੈਕਸਟਿਲ ਫਿਨਿਸ਼ ਕਰਨਾ, ਪਰ ਆਨ ਦ ਵੇ ਇਹਨਾਂ ਨੇ ਡਨਵਿਨ ਮਿਸਾਗਾ ਗੁਰਦੁਆਰੇ ਜਾਣਾ। ਸੋ ਬਹੁਤ ਵਧੀਆ ਇਵੈਂਟ ਹੈ, ਹਰ ਸਾਲ ਇਹ ਕਰਦੇ ਹਨ। ਆਈ ਸਪੋਰਟ ਦਮ। ਇਸ ਸਾਲ ਇਹਨਾਂ ਨੂੰ ਉਹ
rights ਮਿਲਿਆ ਸੀਗਾ ਮੋਟਰਸਾਈਕਲ ਚਲਾਉਣ ਵਾਸਤੇ ਵਿਦਆਊਟ ਦ ਹੈਲਮਟਸ ਐਂਡ ਸੋ ਸਮਥਿੰਗ ਆਈ ਲੁੱਕ ਫੋਰਵਰਡ ਟੂ ਡੂਇੰਗ ਐਜ਼ ਵੈਲ ਸੋ ਗਾਂ ਦੇ ਵਿੱਚ ਜੇ ਤੁਸੀਂ ਵੀ ਇੰਟਰਸਟਿਡ ਹੋ ਜਾਂ ਤੁਸੀਂ ਡੋਨੇਟ ਕਰਨਾ ਇਸ ਚੈਰਿਟੀ ਨੂੰ ਪਲੀਜ਼ ਇਹਨਾਂ ਨੂੰ ਕੰਟੈਕਟ ਕਰੋ ਜੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਬ੍ਰੈਂਪਟਨ ਤੋਂ ਚਮਕੌਰ ਮਾਛੀਕੇ ਦੀ ਰਿਪੋਰਟ